स्वागत करते हैं जी एक बार फिर आप सब दा अज दिस सेगमेंट विच मेरे साथ दिन किसदार मोहन सिंह जिहड़े साडे मेहमान ने किडनी फाउंडेशन तो अज दा साडा विशा रहेगा ओबीसिटी यानी कि मोटापापन जो है इसका की नुकसान साडे शरीर नूं हुंदा ते किवें इस तों असीं बचना है और इस संबंध में कुछ जानकारी लैने आ मोहन सिंह जी तो जी हां जी वेलकम धन्यवाद जी ओबीसिटी मोटापापन जो है जी ये इस दे असीं देख रहे दुनिया भर दे विच इक एपिडेमिक बनदा जा रहा है हाँ जी इस मतलब सानूं दसो कि किवें इस तों बचा जा सकता है ते खास तौर उत्ते इस दे किहड़े माड़े इंपैक्ट साडे शरीर ते पैंदे ने जी तां पिछले अपना ਆਪਣੇ ਸ਼ੋਅ ਦੱਸਿਆ ਸੀਗਾ ਜੀ ਓਵਰ 600 ਮਿਲੀਅਨ ਲੋਕ ਜਿਹੜੇ ਹੈਗੇ ਆ ਉਹ ਦੁਨੀਆ ਓਬੀਸ ਹੈਗੇ ਆ ਠੀਕ ਓਬੀਸ ਜਿਹੜੀ ਓਬੀਸਿਟੀ ਹੈਗੀ ਆ ਸਾਡੀ ਬੋਡੀ 'ਤੇ ਹਰ ਤਰ੍ਹਾਂ ਇਫੈਕਟ ਕਰਦੀ ਆ ਬਹੁਤੇ ਬਿਮਾਰੀਆਂ ਲੱਗਦੀਆਂ ਜਿੱਦਾਂ ਹਾਈ ਬਲੱਡ ਪ੍ਰੈਸ਼ਰ ਓਕੇ ਹਾਰਟ ਅਟੈਕ ਬਹੁਤ ਹੀ ਯੰਗ 28 ਸਾਲ ਦਾ 30 ਸਾਲ ਦਾ ਹੈਗਾ ਉਹ ਓਬੀਸ ਹੈਗਾ ਤਾਂ ਹਾਰਟ ਅਟੈਕ ਹੋਣ ਦੇ ਚਾਂਸਿਸ ਜ਼ਿਆਦਾ ਆ ਜੀ ਬਰੀਦਿੰਗ ਪ੍ਰੋਬਲਮ ਟੂ ਮੱਚ ਵੇਟ ਹੈਗਾ ਜੀ ਅਤੇ ਉਹਦੇ ਨਾਲ ਜੇਕਰ ਸ਼ੂਗਰ ਦੀ ਪ੍ਰੋਬਲਮ ਹੋਈ ਡਾਇਬੀਟੀਜ਼ ਹੋ ਜਾਏਗੀ ਜਾਂ ਜਿਹੜੇ ਤੁਹਾਡਾ ਜਿਹੜਾ ਇੱਕ ਹੋਰ ਐਗਜ਼ਾਮਪਲ ਦੱਸਦੇ ਹਾਂ ਤੁਹਾਨੂੰ ਜਿਹੜਾ ਵਰਲਡ ਰਿਸਰਚ ਇਹ ਕਹਿੰਦੀ ਆ ਜੇ ਬੰਦਾ ਆ ਉਹਦੀ ਜਿਹੜੀ ਵੇਸਟ ਹੈਗੀ ਆ ਨਾ 92 ਸੈਂਟੀਮੀਟਰ ਆ ਜੀ ਜੇ ਉਹ 36.12% ਇੰਚ ਬਣਦਾ ਆ ਵੁਮਨ ਜਿਹੜੀ ਹੈਗੀ ਆ ਉਹਦੀ ਵੇਸਟ ਜਿਹੜੀ ਹੈਗੀ ਆ 102 ਸੈਂਟੀਮੀਟਰ ਜਿਹੜੀ 40 ਪੁਆਇੰਟ ਸਮਥਿੰਗ ਬਣਦੀ ਆ ਜੇ ਉਹਦੇ ਉੱਤੇ ਆ ਤੁਸੀਂ ਕੰਸਿਡਰ ਤੁਹਾਨੂੰ ਡਾਇਬੀਟੀਜ਼ ਚਾਂਸ ਜ਼ਿਆਦੇ ਆ ਓਬੀਸ ਦਾ ਤਾਂ ਬਹੁਤ ਵੱਡਾ ਹੁੰਦਾ ਸਰਕਮਸਟੈਂਸਿਸ ਰਾਈਟ ਹੈ ਨਾ ਇਸ ਕਰਕੇ ਉਹਨਾਂ ਦੇ ਜਿਹੜੇ ਹੈਗੇ ਆ ਜਿਹੜਾ ਜੁਆਇੰਟ ਪ੍ਰੋਬਲਮ ਹੁੰਦੀ ਆ ਕਿਉਂਕਿ ਓਵਰਵੇਟ ਹੁੰਦੇ ਆ ਉਹਨਾਂ ਦੇ ਜੁਆਇੰਟ ਛੇਤੀ ਗੋਡੇ ਜੋੜ ਜਿਹਨੇ ਵੀ ਸਾਰੀ ਛੇਤੀ ਖਰਾਬ ਹੋ ਜਾਂਦੇ ਆ ਕਿਉਂ ਯੂ ਕੈਰੀ ਟੂ ਮੱਚ ਵੇਟ ਜੀ ਆਪਣੀ ਲੋੜ ਤੋਂ ਬਾਅਦ ਵੇਟ ਕਰ ਰਹੇ ਹੋ ਤੁਹਾਡਾ ਲਿਵਰ ਜਿਹੜਾ ਹੈਗਾ ਉਹ 'ਤੇ ਇਫੈਕਟ ਕਰਦਾ ਆ ਲਿਵਰ ਡਿਜ਼ੀਜ਼ ਤੁਹਾਨੂੰ ਹੋ ਜਾਏਗੀ ਤੁਹਾਡੀ ਕਿਡਨੀ ਫੰਕਸ਼ਨ ਨਹੀਂ ਕਰੇਗੀ ਪ੍ਰੋਪਰਲੀ ਨਹੀਂ ਕਰੇਗੀ ਤੁਹਾਨੂੰ ਅਰਲੀ ਤੁਹਾਡੀ ਕਿਡਨੀ ਫੇਲ ਹੋਣ ਦੇ ਚਾਂਸ ਜ਼ਿਆਦਾ ਹੈਗੇ ਤੁਹਾਡਾ ਜਿਹੜਾ ਹੈਗਾ ਸਾਹ ਚੜ੍ਹਦਾ ਆ ਬਰੀਦਿੰਗ ਪ੍ਰੋਬਲਮ ਹੋ ਜਾਏਗੀ ਰਾਈਟ ਹੈ ਨਾ ਦੀਜ਼ ਥਿੰਗਸ ਬਿਕੋਜ਼ ਆਫ ਓਬੀਸਿਟੀ ਰਾਈਟ ਤੋ ਇਹਨੂੰ ਆਪਾਂ ਜਿਹੜਾ ਹੈਗਾ ਬਚਾ ਕੇ ਬਚ ਕੇ ਤਾਂ ਸਕਦੇ ਹਾਂ ਜਿਹੜਾ ਓਬੀਸਿਟੀ ਹੋ ਪਹਿਲੀ ਗੱਲ ਤਾਂ ਹੈ ਜਿਹੜਾ ਓਬੀਸਿਟੀ ਹੈ ਇਹਨੂੰ ਆਪਾਂ ਬਚਪਨ ਤੋਂ ਰੋਕ ਸਕਦੇ ਹਾਂ ਠੀਕ ਹੈ ਡਿਊਰਿੰਗ ਪ੍ਰੈਗਨੈਂਸੀ ਈਵਨ ਜਨਾਨੀ ਨੂੰ ਜੇ ਰਾਈਟ ਵੇਟ ਬੈਲੈਂਸ ਕਰਦੀ ਆ ਰਾਈਟ ਚੀਜ਼ਾਂ ਖਾਂਦੀ ਆ ਤਾਂ ਬੱਚਿਆਂ ਨੂੰ ਜਿਹੜਾ ਉਹ ਜਿਹੜਾ ਬੜਾ ਹੈਲਦੀ ਹੋਏਗਾ ਜੀ ਉਹਨੂੰ ਅੱਜ ਕੱਲ੍ਹ ਲੋਕਾਂ ਨੂੰ ਬੜੀਆਂ ਹੈਗੀਆਂ ਐਲਰਜੀਜ਼ ਬੱਚਿਆਂ ਨੂੰ ਸਪੈਸ਼ਲੀ ਇਹ ਘੱਟ ਹੋਣਗੀਆਂ ਜੀ ਉਹਨਾਂ ਦਾ ਵੇਟ ਦਾ ਜਿਹੜਾ ਹੈਗਾ ਬੱਚੇ ਦੀ ਉਹ ਪ੍ਰੋਬਲਮ ਨਹੀਂ ਹੋਏਗੀ ਅੱਛਾ ਦੂਸਰੇ ਕਈ ਲੋਕ ਕਹਿੰਦੇ ਵੀ ਸਾਰਾ ਦਿਨ ਖਾਣ ਵੀ ਮੈਂ ਹੈਗਾ ਉਹ ਅਤੇ ਕੀ ਕਹਿੰਦੇ ਆਪਾਂ ਨੂੰ ਡਾਇਟ 'ਤੇ ਜੀ ਮੈਂ ਡਾਇਟਿੰਗ ਕਰ ਰਿਹਾ ਜੋ ਤੁਸੀਂ ਸਾਰਾ ਦਿਨ ਨਹੀਂ ਖਾਂਦੇ ਇੱਕ ਬਟ ਖਾਂਦੇ ਆ ਤੁਹਾਡੀ ਬੋਡੀ ਸਾਡੀ ਐਵਰੀਥਿੰਗ ਦੇ ਬੋਡੀ ਅਬਜ਼ੋਰਬ ਦੈਟ ਰਾਈਟ ਪਹਿਲੀ ਗੱਲ ਤਾਂ 3 ਮੀਲ ਤੁਹਾਨੂੰ ਕਰਨੀ ਚਾਹੀਦੀਆਂ ਨੰਬਰ 1 ਉਹਦੇ ਜੇ ਪੋਰਸ਼ਨ ਨੂੰ ਘਟਾਓ ਜੇ ਕਾਰਬੋਹਾਈਡਰੇਟ 45 ਤੋਂ 60 ਗ੍ਰਾਮ ਚਾਹੀਦੇ ਆ ਠੀਕ ਹੈ ਇਹ ਤੋਂ ਵੱਧ ਨਹੀਂ ਚਾਹੀਦਾ ਇੱਕ ਰੋਟੀ 15 ਕਾਰਬੋਹਾਈਡਰੇਟ ਹੁੰਦੇ ਆ ਜੀ ਇੱਕ ਦਾਲ ਦੇ ਇੱਕ ਸਰਵਿੰਗ 15 ਹੁੰਦੇ ਆ ਤੁਸੀਂ ਇਹ ਦਿਲ ਦੇ 60 ਤੋਂ ਵੱਧ ਨਹੀਂ ਚਾਹੀਦੇ ਨੰਬਰ 1 ਲੇਟਲ ਸਟੱਡੀ ਇਹ ਕਹਿੰਦੀ ਹੈ ਕਿ ਜੇ ਤੁਸੀਂ ਹੈਲਦੀ ਰਹਿਣਾ ਆ ਜਿਹੜੇ ਆਪਣੇ ਜਿਹੜੇ ਹੈਗੇ ਆ ਕੈਲੋਰੀਜ਼ ਨੂੰ ਘਟਾਓ ਜੀ ਪਹਿਲਾਂ ਕੈਲਰੀ ਸੀ ਜਿਵੇਂ 1600 ਤੋਂ 3200 ਖਾ ਲੈਂਦੇ ਸੀਗੇ ਉਹ ਕਹਿੰਦੇ ਗਲਤ ਆ ਉਹ ਕੈਲਰੀਜ਼ ਜਿਹੜੀ 1600 ਤੋਂ 2300 ਤਾਂ ਚਾਹੀਦੀ ਸਾਰਾ ਦਿਨ 'ਚ ਜੀ ਇਹ ਤੋਂ ਬਾਅਦ ਨਹੀਂ ਚਾਹੀਦੀਆਂ ਜੇ ਤੁਸੀਂ ਬਣ ਸਟੇ ਹੈਲਦੀ ਸੋ ਤੁਸੀਂ ਕਰ ਸਕੋ ਜੇ ਸਾਡੇ ਇਹ ਫੂਡ ਪੋਰਸ਼ਨ ਘਟਾਓ ਜੀ ਜੇ ਅਸੀਂ ਫੂਡ ਪੋਰਸ਼ਨ ਨਹੀਂ ਘਟਾ ਸਕਦੇ ਤੁਸੀਂ ਪਹਿਲਾਂ ਪਾਣੀ ਦਾ ਗਲਾਸ ਇੱਕ ਪੀ ਲਓ ਖਾਣਾ ਖਾਣ ਤੋਂ ਪਹਿਲਾਂ ਯੂ ਈਟ ਲੈਸ ਦੂਜਾ ਕੋਸ਼ਿਸ਼ ਕਰੋ ਵੀ ਜਿਹੜਾ ਫੁੱਲ ਹੋਣ ਤੋਂ ਪਹਿਲਾਂ ਬੰਦ ਕਰੋ ਆਪਾਂ ਕਹਿੰਦੇ ਸੀ ਇੰਡੀਆ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਭੁੱਖ ਰੱਖ ਕੇ ਰੋਟੀ ਖਾਣੀ ਚਾਹੀਦੀ ਆ ਜੀ ਇਹਦਾ ਮਤਲਬ ਤੁਸੀਂ ਪੇਟ ਨੂੰ ਪੂਰੀ ਤਾਂ ਫੁੱਲ ਨਾ ਕਰੋ ਰਾਈਟ ਹੈ ਨਾ ਮੈਕਸੀਮਮ ਫੂਡ ਨਾ ਖਾਓ ਘੱਟ ਖਾਓ ਤਾਂ ਕਿ ਤੁਹਾਡੀ ਹੈਲਥ ਰਹੇ ਤੁਹਾਨੂੰ ਸਿਹਤ ਵੀ ਜੇ ਤੁਸੀਂ ਉਹ ਜ਼ਿਆਦਾ ਖਾ ਲੈਂਦੇ ਆ ਤੁਹਾਨੂੰ ਸਭ ਜ਼ਿਆਦਾ ਚੜ੍ਹੇਗਾ ਤੁਹਾਨੂੰ ਹਾਰਟ ਨੂੰ ਜ਼ਿਆਦਾ ਕੰਮ ਕਰਨਾ ਪਏਗਾ ਤੁਹਾਨੂੰ ਨੀਂਦ ਨਹੀਂ ਆਏਗੀ ਇਹਨਾਂ ਨੂੰ ਜੇ ਪੇਟ ਘੱਟ ਖਾਓਗੇ ਨਾਲ ਐਕਸਰਸਾਈਜ਼ ਚਾਹੀਦੀ ਆ ਐਕਸਰਸਾਈਜ਼ ਰੋਜ਼ ਕਰੋ ਜਿਹੜੇ ਓਬੀਸ ਪੀਪਲ ਹੈਗੇ ਆ ਇੱਕ ਤਾਂ ਪਹਿਲਾਂ ਜੁਆਇੰਟ ਪ੍ਰੋਬਲਮ ਹੈਗੀ ਆ ਜੇ ਉਹ ਜਿੰਮ ਜਾਂਦੇ ਆ ਉਹ ਜ਼ਿਆਦਾ ਉਹਨਾਂ ਉਹਦੇ ਸਟ੍ਰੈਸ ਪਾਉਣਗੇ ਇਹਨਾਂ ਤੋੜਨ ਦੀ ਕੋਸ਼ਿਸ਼ ਕਰੋ ਜੀ ਫੂਡ ਪੋਰਸ਼ਨ ਘਟਾਓ ਪਹਿਲੀ ਗੱਲ ਇਹੀ ਆ ਫੈਟ ਜਾਂ ਸੈਚੁਰੇਟਡ ਫੈਟ ਪ੍ਰੋਸੈਸ ਫੂਡ ਇਹਨਾਂ 'ਚ ਸੈਚੁਰੇਟਡ ਫੈਟ ਅਤੇ ਜਿਹੜੇ ਹੈਗੇ ਆ ਟਰਾਂਸ ਫੈਟ ਜ਼ਿਆਦਾ ਹੁੰਦੇ ਆ ਸੋਲਟ ਜ਼ਿਆਦਾ ਹੈਗਾ ਉਹਨੂੰ ਸਾਰੇ ਘਟਾਉਣ ਦੀ ਲੋੜ ਆ ਠੀਕ ਕਿਉਂਕਿ ਜਿੰਨੇ ਓਬੀਸ ਹੈਗੇ ਉਹਨੂੰ ਹਾਰਟ ਅਟੈਕ ਜ਼ਿਆਦਾ ਹੁੰਦੇ ਆ ਉਹਨਾਂ ਕਿੰਨੀਆਂ ਸਾਰੇ ਫੇਲ ਹੋਈਆਂ ਉਹਨੂੰ ਸ਼ੂਗਰ ਦੀ ਜ਼ਿਆਦਾ ਪ੍ਰੋਬਲਮ ਹੈ ਅਤੇ ਇਹਨਾਂ ਤੋਂ ਬਚਣ ਲਈ ਤੁਹਾਨੂੰ ਡੂ ਦਿਓ ਦੋਸ ਕਾਰਨ ਥਿੰਗ ਰਾਈਟ ਅਤੇ ਤੁਸੀਂ ਹੈਗਾ ਜਿੱਦਾਂ ਫਰਕ ਟੀ ਵਾਚ ਕਰਦੇ ਹਾਂ ਮੋਸਟਲੀ ਵੀ ਮੇਰੇ ਕੁਛ ਹੈਪੀ ਫਰੈਂਡ ਹੈ ਉਹ ਕਹਿੰਦੇ ਵੀ ਉਹਦਾ ਵੱਡਾ ਬੈਗ ਜਿਹੜਾ ਚਿਪਸ ਦਾ ਜੀ ਉਹ ਟੀ ਵਾਚ ਕਰਦੇ ਉਹ ਖਾ ਜਾਂਦੇ ਹਾਂ ਪੌਪਕੋਰਨ ਵਗੈਰਾ
ਪੌਪਕੋਰਨ ਜੇ ਨਾ ਸਾਲਟ ਨਾ ਹੋਵੇ ਤਾਂ ਬਟਰ ਨਾ ਹੋਵੇ ਪੌਪਕੋਰਨ ਗੁੱਡ ਫਾਰ ਯੂ ਇਟ ਲੋਅਰਸ ਯੋਰ ਕੋਲੈਸਟ੍ਰੋਲ ਅਤੇ ਜੇ ਤੁਸੀਂ ਸਾਲਟ ਬਟਰ ਉਹਨਾਂ ਪਾ ਲਿਆ ਉਹ ਕੋਲੈਸਟ੍ਰੋਲ ਵੀ ਹੈਲਪ ਨਹੀਂ ਕਰੇਗਾ ਰਾਈਟ ਸੋ ਦੀ ਯੂ ਹੈਵ ਟੂ ਡੂ ਦੀਸ ਕਾਇੰਡ ਆਫ ਥਿੰਗ ਬਿਲਕੁਲ ਜੀ ਬੈਲੈਂਸ ਜ਼ਿੰਦਗੀ ਵਿੱਚ ਆਵੇ ਆਪ ਸਮਝ ਕੇ ਸਾਨੂੰ ਇਹ ਸਭ ਕੁਝ ਪਤਾ ਇਹ ਨਹੀਂ ਕਿ ਕੋਈ ਇਹ ਸਾਇੰਟੀਫਿਕ ਨੌਲੇਜ ਹੈਗੀ ਹੈ ਪਰ ਇਹ ਆਪਣੇ ਆਪ ਨੂੰ ਰੋਕਣਾ ਉਸ ਸਮੇਂ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਤੁਹਾਡਾ ਕਿੰਨਾ ਐਟੀਟਿਊਡ ਕਿੰਨਾ ਸਟਰੋਂਗ ਹੈਗਾ ਫਰਾਈਡ ਫੂਡ ਤੋਂ ਬਚਣਾ ਚਾਹੀਦਾ ਰਾਈਟ ਸਵੀਟ ਤੋਂ ਬਚਣਾ ਚਾਹੀਦਾ ਸਵੀਟ ਔਰ ਫਰਾਈਡ ਫੂਡ ਦੋਨੋਂ ਹੀ ਇੱਕ ਤਾਂ ਕੋਲੈਸਟ੍ਰੋਲ ਵਧਾਉਂਦੀਆਂ ਇੱਕ ਤੁਹਾਨੂੰ ਓਬੇਸ ਕਰਨਗੀਆਂ ਰਾਈਟ ਸਬਜ਼ੀਆਂ ਜ਼ਿਆਦਾ ਖਾਓ ਤਲਿਆ ਚੀਜ਼ਾਂ ਘੱਟ ਖਾਓ ਮੀਟ ਘੱਟ ਖਾਓ ਜੇ ਤੁਸੀਂ ਹੈਲਦੀ ਰਹਿਣਾ ਤਾਂ ਮੀਟ ਵੈਸੇ ਵੀ ਤੁਹਾਡੇ ਬਹੁਤੇ ਲਈ ਚੰਗਾ ਨਹੀਂ ਹੈਗਾ ਜੀ ਜੇ ਮੋਰ ਸਾਰੀ ਬਾਜੀ ਕਲਰਡ ਵੈਜੀਟੇਬਲ ਵੈਜੀਟੇਬਲ ਖਾਓਗੇ ਯੂ ਸਟੇ ਮੋਰ ਹੈਲਦੀ ਤੁਹਾਡੀ ਬੋਡੀ ਯੂ ਸਟੇ ਮੋਰ ਯੰਗਰ ਦੈਨ ਯੂ ਨੋ ਐਵਰੇਜ ਪਰਸਨ ਰਾਈਟ ਸੋ ਯੂ ਹੈਡ ਵਾਚ ਦੀਸ ਥਿੰਗਸ ਐਬਸੋਲੂਟਲੀ ਜੀ ਮੋਰ ਯੂ ਨੋ ਨੌਲੇਜ ਅਬਾਊਟ ਆਲ ਦਿਸ ਥਿੰਗਸ ਜਦੋਂ ਸਾਡੇ ਕੋਲ ਹੋਏਗੀ ਤਾਂ ਅਸੀਂ ਆਪ ਅਵੇਅਰ ਹੋਵਾਂਗੇ ਅਤੇ ਆਟੋਮੈਟਿਕਲੀ ਜਦੋਂ ਅਸੀਂ ਕੁਛ ਸਾਡਾ ਹੱਥ ਜਾਏਗਾ ਇਹੋ ਜਿਹੀਆਂ ਚੀਜ਼ਾਂ ਵੱਲ ਤਾਂ ਅਸੀਂ ਜ਼ਰੂਰ ਸੋਚਾਂਗੇ ਆਪਣੀ ਸਿਹਤ ਬਾਰੇ ਐਂਡ ਆਫਕੋਰਸ ਬੈਸਟ ਚੀਜ਼ ਤਾਂ ਹੈਗੀ ਜੀ ਕਿ ਜਿਹੜੇ ਘਰ 'ਚ ਇਹ ਚੀਜ਼ਾਂ ਲਿਆਈਆਂ ਨਾ ਜਾਣ ਕਿਉਂਕਿ ਜਦੋਂ ਉਸ ਚੀਜ਼ ਸਾਹਮਣੇ ਹੁੰਦੀ ਤਾਂ ਹੱਥ ਜਾਂਦਾ ਹੀ ਜਾਂਦਾ ਸੋ ਅਵੋਇਡ ਕੀਤਾ ਜਾਏ ਸ਼ੁਰੂਆਤ ਗਰੋਸਰੀ ਸਟੋਰ ਤੋਂ ਸ਼ੁਰੂ ਹੋ ਜਾਏ ਅਤੇ ਆਫਕੋਰਸ ਤੁਹਾਡਾ ਜਿਹੜਾ ਸਟਰੈਂਥ ਹੈਗੀ ਵਿਲ ਪਾਵਰ ਜਿਹੜੀ ਹੈ ਉਹ ਵੀ ਜ਼ਰੂਰ ਕੰਮ ਬਿਲਕੁਲ ਬਿਲਕੁਲ ਥੈਂਕ ਯੂ ਵੈਰੀ ਮੱਚ ਜੀ ਵੈਲਕਮ